ਤੇ ਹਾਂਜੀ, ਕੀ ਹਾਲ ਚਾਲ ਮੇਰੇ ਸਾਰੇ ਵੀਰ ਭਰਾਵਾਂ ਦਾ? ਹੋਪਫੁਲੀ ਸਾਰੇ ਜਾਣੇ ਠੀਕ ਠਾਕ ਹੋਵੋਗੇ। ਨਵੇਂ ਦਿਨ ਦੇ ਨਾਲ ਨਵੇਂ ਵਲੌਗ ਦੀ ਕਰਨ ਲੱਗੇ ਹਾਂ ਸ਼ੁਰੂਆਤ ਕਰਨ ਲੱਗੇ ਹਾਂ ਆਪਣੇ ਕਮਰੇ ਤੋਂ। ਤੇ ਜਿੰਨੇ ਮੇਰੇ ਭਰਾ ਨੇ ਇਸ ਤੋਂ ਪਹਿਲੇ ਵਲੌਗ ਨਹੀਂ ਦੇਖੇ, ਜਾ ਕੇ ਇਸ ਤੋਂ ਪਹਿਲੇ ਵਲੌਗ ਵੀ ਜ਼ਰੂਰ ਦੇਖਿਓ। ਤੇ ਜਿੱਦਾਂ ਕਿ ਪਿਛਲੇ ਵਲੌਗ 'ਚ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਣਾ ਕਿ ਘਰ ਆ ਗਿਆ ਸੀ ਮੈਂ ਵਾਪਸ ਜੰਮੂ ਤੋਂ। ਤੇ ਅੱਜ ਹੈਗਾ ਦੁਸਹਿਰਾ, ਤੇ ਦੁਸਹਿਰੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਜਿੰਨੇ ਵੀ ਮੇਰੇ ਭਰਾ ਮਤਲਬ ਦੇਖਦੇ ਆ, ਸਾਰਿਆਂ ਨੂੰ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਜਾਵਾਂਗੇ ਦੁਸਹਿਰਾ ਦੇਖਣ ਸ਼ਾਮ ਨੂੰ, ਤੇ ਉਹ ਵੀ ਤੁਹਾਨੂੰ ਅੱਗੇ ਵਲੌਗ 'ਚ ਦੇਖਣ ਨੂੰ ਮਿਲ ਹੀ ਜਾਣਾ। ਤੇ ਫਿਲਹਾਲ ਆਪਾਂ ਜਾ ਰਹੇ ਹਾਂ ਕਿਤੇ, ਤੇ ਕੋਈ ਆਪਣਾ ਕੰਮ ਆ ਸਵੇਰੇ ਪੈ ਗਿਆ ਤੇ ਉੱਥੇ ਜਾ ਰਹੇ ਹਾਂ। ਬਾਕੀ ਜਿੰਨੇ ਇੰਸਟਾਗ੍ਰਾਮ ਸਨੈਪਚੈਟ ਫੋਲੋ ਨਹੀਂ ਕੀਤਾ, ਜਾ ਕੇ ਇੰਸਟਾਗ੍ਰਾਮ ਸਨੈਪਚੈਟ 'ਤੇ ਫੋਲੋ ਕਰ ਲਿਓ। ਤੇ ਬਾਕੀ ਪੁਰਾਣੇ ਵਲੋਗਾਂ ਨੂੰ ਯਾਰ ਪਿਆਰ ਦਿਓ ਆਪਣਾ, ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਮਤਲਬ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਹਾਂ, ਹੁਣ ਤੁਹਾਡੇ ਵਾਸਤੇ ਡੇਲੀ ਵਲੋਗ ਵੀ ਲਿਆਉਣੇ ਸਟਾਰਟ ਕਰਨੇ ਆ, ਜਿੱਤੇ ਫਿਰ ਤੁਹਾਨੂੰ ਡੇਲੀ ਤੋਂ ਡੇਲੀ ਵਲੋਗ ਦੇਖਣ ਨੂੰ ਮਿਲਣੇ ਆ। ਬਸ 2-4 ਦਿਨ ਹੈਗੇ ਆ, ਉਸ ਤੋਂ ਬਾਅਦ ਡੇਲੀ ਤੋਂ ਡੇਲੀ ਤੁਹਾਨੂੰ ਵਲੋਗ ਦੇਖਣ ਨੂੰ ਮਿਲਣਗੇ, ਇੱਕ ਟਾਈਮ 'ਤੇ ਦੇਖਣ ਨੂੰ ਮਿਲੂਗੇ। ਅਤੇ ਉੱਦਾਂ ਟਾਈਮ ਆਪਾਂ ਫਿਕਸ ਕੀਤਾ ਨਹੀਂ ਕੋਈ, ਬਾਕੀ ਕਮੈਂਟ ਕਰਕੇ ਦੱਸਿਓ ਕਿੰਨੇ ਵਜੇ ਕਰੀਏ ਫਿਕਸ ਟਾਈਮ, ਅਤੇ 9 ਵਜੇ ਤੁਹਾਨੂੰ ਡੇਲੀ ਵਲੋਗ ਦੇਖਣ ਨੂੰ ਮਿਲੂਗੇ। ਤੇ ਯਾਰ ਚੈਨਲ ਨੂੰ ਮੈਂ ਤੁਹਾਨੂੰ ਬਾਰ ਬਾਰ ਸਪੋਰਟ ਕਰਨ ਨੂੰ ਤਾਂ ਕਹਿੰਦਾ ਕਿ ਇੱਕ ਤਾਂ 3-4 ਕਾਪੀਰਾਈਟ ਸਟ੍ਰਾਈਕਾਂ ਹੋ ਗਈਆਂ, ਤੇ ਉਸ ਤੋਂ ਬਾਅਦ ਇੱਕ ਯੈਲੋ ਡੋਲਰ ਦੀ ਪ੍ਰੋਬਲਮ ਆ ਗਈ ਆ ਇੱਕ ਵੀਡੀਓ 'ਚ, ਉਹਦੇ ਕਰਕੇ ਵਿਊ ਵਗੈਰਾ ਆ ਨਹੀਂ ਡੇ, ਮਤਲਬ ਕਿ ਨਾ ਚੈਨਲ ਗਰੋ ਕਰਨ ਡਿਆ। ਤੇ ਮੈਂ ਤਾਂ ਕਰਕੇ ਕਹਿੰਦਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਨਾਲ ਨਾ ਮੈਨੂੰ ਬਹੁਤ ਸਪੋਰਟ ਮਿਲਣੀ ਆ ਤੁਹਾਡੀ, ਤੇ ਤਾਂ ਕਰਕੇ ਮੈਂ ਕਹਿੰਦਾ ਹੁੰਦਾ ਕਿ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਯਾਰ ਆਪਣੇ ਭਰਾ ਨੂੰ। ਤੇ ਉੱਦਾਂ ਕੱਲ੍ਹ ਮੋਟਰਸਾਈਕਲ ਵੀ ਨਹੀਂ ਚਲਾਇਆ, ਮੋਟਰਸਾਈਕਲ ਵੀ ਫਿਰ ਅੱਜ ਚਲਾਵਾਂਗੇ, ਅਤੇ ਮੋਟਰ ਵਲੌਗ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ। ਅਤੇ ਯਾਰ ਵਧੀਆ ਵਧੀਆ ਕੰਟੈਂਟ ਹਜੇ ਆਉਂਦਾ ਵੇ ਆ, ਪਰ ਤੁਸੀਂ ਥੋੜ੍ਹਾ ਨਾ ਸਪੋਰਟ ਦਿਖਾਓ ਕਿ ਹਾਂ ਬਾਈ ਬੰਦੇ ਨੂੰ ਵੀਡੀਓ ਬਣਾਉਣ ਦਾ ਪੂਰਾ ਪੂਰਾ ਐਨ ਵਧੀਆ ਵਾਲਾ ਮੋਟਿਵ ਮਿਲਦਾ ਰਹੇ, ਅਤੇ ਵੱਧ ਤੋਂ ਵੱਧ ਸਪੋਰਟ ਕਰੋ। ਲਓ ਜੀ ਰੋਟੀ ਪਾਣੀ ਲਈ ਆ ਖਾ, ਅਤੇ ਇੰਸਟੈਂਟ ਹੀ ਪਲਾਨ ਬਣ ਗਿਆ ਕਿ ਜਲੰਧਰ ਜਾਣਾ। ਤੇ ਦੀਵੀ ਕਿੱਦਾਂ? ਵਧੀਆ ਵਧੀਆ ਭਾਜੀ, ਠੀਕ ਆ। ਰੋਟੀ ਰੋਟੀ ਖਾ ਮੇਰਾ ਭਰਾ, ਮੈਂਕ ਨੂੰ ਆਏ ਕਰ ਦੇ। ਲਓ ਜੀ ਅੱਜ ਜਾ ਰਹੇ ਹਾਂ ਜਲੰਧਰ, ਜਿੱਦਾਂ ਕਿ ਤੁਹਾਨੂੰ ਮੈਂ ਪਿੱਛੇ ਦੱਸ ਹੀ ਦਿੱਤਾ, ਤੇ ਬੜੇ ਦਿਨਾਂ ਬਾਅਦ ਜਾ ਰਹੇ ਹਾਂ ਜਲੰਧਰ। ਤੇ ਗੱਡੀ 'ਚ ਗਏ ਹਾਂ, ਬਹਿ ਗੱਡੀ ਨੂੰ ਕਰੀਏ ਸਟਾਰਟ ਪਹਿਲੇ 10 ਮਿੰਟ। ਤੇ ਫਾਈਨਲੀ ਪਹੁੰਚ ਗਏ ਹਾਂ ਜਲੰਧਰ, ਤੇ ਕੋਈ ਕੰਮ ਕਰਨ ਆਏ ਸੀ, ਤੇ ਕੰਮ ਕਰਕੇ ਤੇ ਨਾਲੇ ਘਰ ਚਲ ਜਾਣਾ ਆ, ਤੇ ਬਾਕੀ ਜੋ ਵੀ ਜਿੱਦਾਂ ਵੀ ਕਰਾਂਗੇ ਇੱਥੇ ਉਹ ਤੁਹਾਨੂੰ ਅੱਗੇ ਦੱਸਾਂਗੇ। ਤੇ ਬਾਕੀ ਪਿਛਲੀਆਂ ਕਲਿੱਪਾਂ ਤੁਸੀਂ ਦੇਖੀਆਂ ਹੀ ਹੋਣੀਆਂ, ਤੇ ਪਿਛਲੀਆਂ ਕਲਿੱਪਾਂ ਦੱਸਿਓ ਕਿੱਦਾਂ ਦੀ ਲੱਗੀਆਂ। iPhone 15 ਪ੍ਰੋ 'ਚ ਬਣਾਈਆਂ ਉਹ, ਤੇ ਵਧੀਆ ਲੱਗੀਆਂ। ਉੱਦਾਂ 11 ਤੋਂ 15 ਪ੍ਰੋ ਦੇ ਕੈਮਰਿਆਂ 'ਚ ਨਾ ਬਹੁਤ ਜ਼ਿਆਦਾ ਫਰਕ ਆ। ਅੱਜ ਮੈਂ ਮਤਲਬ ਕਿ ਹੈਂਡੀ ਯੂਜ਼ ਕੀਤਾ ਤੇ ਮੈਨੂੰ ਪਤਾ ਲੱਗਾ ਆ, ਤੇ ਜਲੰਧਰ ਆਏ ਹਾਂ ਤੇ ਹੁਣ ਕੰਮ ਕੁੰਮ ਕਰਕੇ ਤੇ ਤੁਹਾਨੂੰ ਮਿਲਦੇ ਹਾਂ। ਆ ਗਏ ਹਾਂ ਦਸੂਏ, ਤੇ ਦਸੂਏ ਆਏ ਹਾਂ ਤੇ ਕੁਛ ਹੁਣ ਖਾਵਾਂ ਪੀਵਾਂਗੇ ਇੱਥੇ, ਤੇ ਮਾਣ ਐਂਡ ਓਨਲੀ ਡਿੰਗਾ ਪਹੁੰਚ ਗਏ ਹਾਂ ਤੇ ਫਾਈਨਲੀ ਘਰ ਪਹੁੰਚ ਗਏ ਹਾਂ, ਤੇ ਜਲੰਧਰੋਂ ਘੁੰਮ ਆਏ ਹਾਂ, ਤੇ ਹੁਣ ਜਾਵਾਂਗੇ ਰਾਵਣ ਦੇਖਣ। ਤੇ ਬਾਕੀ ਜਲੰਧਰ ਸਾਨੂੰ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਸੀ, ਤੇ ਆਉਣ ਜਾਣ ਹੀ ਕੀਤਾ ਆਪਾਂ, ਤੇ ਤਾਂ ਕਰਕੇ ਮਤਲਬ ਕਿ ਸਵੇਰੇ ਗਏ ਸੀ ਸ਼ਾਮੀ ਆ ਗਏ ਹਾਂ। ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ 365 ਦਿਨ ਆਪਾਂ ਡੇਲੀ ਵਲੌਗ ਕਰਨਾ ਆ, ਤੇ ਵਲੌਗ ਸਾਡਾ ਮਤਲਬ ਕਿ ਇੱਕ ਦਿਨ ਜਿਹੜਾ ਆਪਾਂ ਰਿਕਾਰਡ ਕਰਾਂਗੇ ਤੇ ਇੱਕ ਦਿਨ ਪਿੱਛੇ ਆਊਗਾ ਸਾਡਾ ਵਲੌਗ, ਤੇ ਡੇਲੀ ਆਪਾਂ ਕਰਾਂਗੇ ਵਲੌਗ ਜਿੰਨਾ ਮਤਲਬ ਕਿ 365 ਦਿਨ ਤਾਂ ਹੈਗਾ ਹੀ ਆ, ਉਸ ਤੋਂ ਇਲਾਵਾ ਵੀ ਜਿੰਨਾ ਹੋ ਸਕੇ ਆਪਾਂ ਅੱਗੇ ਤੋਂ ਅੱਗੇ ਜਿੱਦਾਂ ਮਤਲਬ ਕਿ ਜਿੰਨਾ ਵੀ ਹੋਊਗਾ ਜਿੰਨਾ ਆਪਾਂ ਕੰਟੈਂਟ ਵਧੀਆ ਬਣਾਉਂਗੇ ਤੇ ਵਧੀਆ ਮਤਲਬ 365 ਤੋਂ ਵੀ ਅੱਗੇ ਜ਼ਿਆਦਾ ਦਿਨ ਕਰਾਂਗੇ, ਉੱਦਾਂ 365 ਦਿਨ
दिन तो है ही है, तो बाकी तुहानू अगे जिम वाले व्लॉग भी देखने को मिलूंगे। जिम भी आप स्टार्ट करनी है, तो सर्दियाँ जिदा तुहानू पता आ गई, तो जिम जूम भी मतलब करनी है, तो अगे राइडिंग भी वधिया करांगे आपां। तो जिदा हुण आपां फिलहाल लोकल घूमते हैं, तो इस तों इलावा आपां मतलब ट्रिप ट्रूप भी करांगे, वह भी तुहानू अगे देखने को मिलूगी। थोड़ा आपां सैटअप भी अपना चेंज करांगे, तो वह भी तुहानू अगे देखने को मिलूगा। तो बाकी प्लैन होर बहुत साडे कोल, कंटेंट भी बहुत आ, बस कि यह है कि थोड़ा एक टाइम करके, टाइम पीरियड घट हों अपने को, तो एक मतलब टाइम करके आप थोड़ा ना कर रहे हैं सफर, तो करके उस तो अलावा व्लॉग आएंगे डेली तड़ा तड़। तो चैकआउट करते रहो, तो लाइक कमेंट शेयर सब्सक्राइब हर एक चीज़ करो, तो चैनल वो तो शेयर करो, तो चैनल इन्ना ज़्यादा शेयर करो कि चैनल मोनेटाइज हो जाए मेरा। तो बाकी सपोर्ट बनाई रखो अपनी तुम सारे जने, तो हूँ चलते हैं फिलहाल, तो बहर तक घूम के आने तो तुम दिखाने, तो बने रहो। तो बाकी मैं उदा मतलब कि उतों जलंधरों आता पाया ही, तो आंदे आंदे मैं देखा कि उत्थे जिथे हाडे रावण लगता है ना, उत्थे ना इन्ना क ज़्यादा क्राउड है ना, इन्ना क ज़्यादा क्राउड आ, कोई कहन की गल नहीं। तो बाकी उदा मैं जे बाकी क्राउड वगैरह उत्थे बहुत है, तो जिदा कि उस तो बाद मैं सीधे चल गया ही, कुछ खा पी के आया, तो खा पी के तो आया कि जलंधर आप कुछ खाधा नहीं ही उत्थे, तो उत्थे ताणी खा के खाधा ही, क्योंकि सानू काली ही वापस आँदी, वापस आ के आप रावण वगैरह देखना ही, ता करके सानू बहुत काली ही, तो करके आ गए आप। तो बाकी जिन्हें इंस्टाग्राम स्नैपचैट से फॉलो नहीं किया, जाके इंस्टाग्राम तीजी चौथी हारी आ गए हैं, तो सवेर के बाहर ही घूमन है, हैप्पी दशहरा हो गया सारे वास्ते, तो भरा अपना लाओ जी समान आ गया, तो हम इन खाइए यार।
ਤੇਰਾ ਗੇਮਿੰਗ ਚੱਲਣ ਨੀ ਹੈਗਾ। ਤੇ ਫਾਈਨਲੀ ਮੈਂ ਆ ਗਿਆ ਘਰ ਵਾਪਸ, ਤੇ ਵਲੌਗ ਨੂੰ ਕਰਾਂਗੇ ਆਪਾਂ ਇੱਥੇ ਹੀ ਖਤਮ। ਬਾਕੀ ਜਿਹਨੇ ਇੰਸਟਾਗ੍ਰਾਮ ਸਨੈਪਚੈਟ ਤੇ ਫੋਲੋ ਨਹੀਂ ਕੀਤਾ, ਜਾ ਕੇ ਇੰਸਟਾਗ੍ਰਾਮ ਸਨੈਪਚੈਟ ਤੇ ਫੋਲੋ ਕਰ ਲਿਓ। ਤੇ ਤੁਸੀਂ ਦੇਖਿਆ ਹੀ ਹੋਣਾ ਆ, ਇੱਦਾਂ ਪਲੈਨ ਆਪਣਾ ਬਹੁਤ ਜ਼ਿਆਦਾ ਬਿਜ਼ੀ ਗਿਆ। ਅਤੇ ਆਪਾਂ ਮਤਲਬ ਕਿ ਸ਼ੁਰੂ ਤੋਂ ਜਦੋਂ ਆਪਾਂ ਮਤਲਬ ਕਿ ਉੱਠੇ ਹਾਂ ਜਾਂ ਕੁਛ ਵੀ ਕੀਤਾ ਨਾ, ਅਤੇ ਉਦੋਂ ਸਾਡਾ ਕੋਈ ਪਲੈਨ ਨਹੀਂ ਸੀ ਇੱਦਾਂ ਦਾ ਕਿ ਆਪਾਂ ਇੱਥੇ ਜਾਣਾ। ਬਸ ਇਹੀ ਪਲੈਨ ਸੀ ਕਿ ਸ਼ਾਮ ਨੂੰ ਜਾ ਕੇ ਰਾਵਣ ਦੇਖ ਕੇ ਅਤੇ ਹਾਂ ਬਈ ਦੈਟਸ ਇੱਟ, ਵਲੌਗ ਬਣਾ ਕੇ ਆਪਣਾ ਆ ਜਾਣਾ। ਅਤੇ ਬਾਕੀ ਜਿੱਦਾਂ ਤੁਸੀਂ ਦੇਖਿਆ ਹੀ ਆ, ਸਵੇਰੇ ਸਵੇਰੇ ਸਾਨੂੰ ਮਤਲਬ ਕਿ ਕੋਈ ਰੈਂਡਮ ਜਿਹਾ ਪਲੈਨ ਵਾ ਸਾਡਾ, ਕੋਈ ਕਹਿਣ ਆ ਸਾਡਾ ਰੈਂਡਮ ਜਿਹਾ ਪਲੈਨ ਬਣ ਗਿਆ। ਆਪਾਂ ਜਲੰਧਰ ਚਲ ਗਏ, ਚਲੋ ਉਦੋਂ ਉੱਥੋਂ ਵੀ ਆਉਣ ਜਾਣ ਹੀ ਕੀਤਾ। ਅਤੇ ਅੱਜ ਪੂਰੀ ਦਿਹਾੜੀ ਆਪਾਂ ਬਾਹਰ ਦਾ ਹੀ ਖਾਧਾ ਆ, ਅਤੇ ਬਾਹਰ ਦਾ ਤੁਸੀਂ ਦੇਖਿਆ ਹੀ ਹੋਣਾ ਆ। ਅਤੇ ਪਹਿਲੇ ਹਾਂ ਬਈ ਜਿੱਦਾਂ ਜਿੱਦਾਂ ਮਤਲਬ ਕਿ ਦੁਪਹਿਰੀ ਵੀ ਬਾਹਰ ਖਾਧਾ, ਰਾਤੀ ਵੀ ਹੁਣ ਬਾਹਰ ਹੀ ਖਾ ਕੇ ਆਏ ਹਾਂ, ਅਤੇ ਜਲੇਬੀਆਂ ਜਲੂਬੀਆਂ ਵਗੈਰਾ ਤੁਹਾਨੂੰ ਪਤਾ ਆ, ਅਤੇ ਅੱਜ ਦੁਸ਼ਹਿਰਾ ਸੀ। ਅਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਆ। ਸਵੇਰੇ ਵੀ ਦੇ ਦਿੱਤੀਆਂ ਸੀ ਅਤੇ ਹੁਣ ਵਲੌਗ ਐਂਡ ਕਰਨ ਲੱਗੇ ਵੀ ਦੇਣ। ਅਤੇ ਬਾਕੀ ਜਿਹਨੇ ਮੇਰੇ ਭਰਾ ਨੇ ਇੱਥੇ ਤੱਕ ਵਲੌਗ ਦੇਖ ਲਿਆ, ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਹਰ ਇੱਕ ਚੀਜ਼ ਕਰੋ, ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਤੁਹਾਡੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਬਣਾਈਏ। ਅਤੇ ਬਾਕੀ ਇਹ ਵਲੌਗ ਨੂੰ ਕਰਾਂਗੇ ਇੱਥੇ ਖਤਮ। ਅਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ, ਅਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ। ਨਾ ਇੱਕ ਪਾਸਾ ਹੋਵੇ, ਥੋੜ੍ਹਾ ਬਹੁਤਾ ਕੀ ਕਰਨਾ ਹੋਵੇ ਤੇ ਖਾਸਾ।